ਗਿੱਦੜਬਾਹਾ ਵਿੱਚ ਅੱਜ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਈ ਰਿਕਸ਼ਾ ਚਾਲਕਾਂ ਨੇ ਪੁਲਿਸ ਦੀ ਜ਼ਬਰਦਸਤੀ ਦੇ ਖਿਲਾਫ ਮਲੋਟ ਬਠਿੰਡਾ ਰੋਡ ਤੇ ਆਪਣੇ ਆਪਣੇ ਈ ਰਿਕਸ਼ਾ ਖੜੇ ਕਰਕੇ ਰੋਡ ਜਾਮ ਕਰ ਦਿੱਤਾ। ਈ ਰਿਕਸ਼ਾ ਚਾਲਕਾਂ ਦਾ ਦੋਸ਼ ਹੈ ਕਿ ਟ੍ਰੈਫਿਕ ਇੰਚਾਰਜ ਦਲਜੀਤ ਸਿੰਘ ਵੱਲੋਂ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ। ਸਾਨੂੰ ਜੀ ਟ੍ਰੈਫਿਕ ਵਾਲੇ ਇੱਥੇ ਤੰਗ ਕਰਦੇ ਸੀ, ਦਲਜੀਤ ਸਿੰਘ ਇੱਥੇ ਆਇਆ ਹੋਇਆ ਸੀ, ਸਾਨੂੰ ਕਿਤੇ ਖੜ੍ਹ ਨਹੀਂ ਦਿੰਦਾ ਸੀ, ਅਸੀਂ ਈ ਰਸ਼ਕਿਆਂ ਵਾਲੇ ਨੇ ਮਜਬੂਰ ਹੋ ਕੇ ਧਰਨਾ ਲਾਇਆ ਹੈ ਅਤੇ ਇਹ ਰਿਹਾ ਜੀ ਘੱਟੋ ਘੱਟ 2 ਘੰਟੇ। 2 ਘੰਟਿਆਂ 'ਚ ਬਾਹਰੋਂ ਜਿਹੜੇ ਬੰਦੇ ਆਏ ਵਿੱਚ ਸਾਰੇ ਸੱਜਣ ਮਿੱਤਰ ਉਹਨਾਂ ਨੇ ਬਹਿ ਕੇ ਇਹਦਾ ਮਸਲਾ ਹੱਲ ਕਰਾ ਦਿੱਤਾ। ਕਹਿੰਦੇ ਜੀ ਗੱਡੀਆਂ ਲੱਗਣੀਆਂ ਸਾਡੀਆਂ ਇੱਥੇ, ਦੋਵਾਂ ਦੇ ਵੀ ਲਾ ਲਿਆ ਕਰੋ, ਇੱਥੇ ਨਿਬੜੀ ਹੈ ਗੱਲ। ਮਾਮਲਾ ਜੀ ਸਹੀ ਬੰਦਾ ਬੋਲਦੇ ਨਹੀਂ ਸੀ, ਉਹ ਪੁੱਠਾ ਬੋਲਦਾ ਸੀਗਾ ਜਦੋਂ ਮਤਲਬ ਇੱਥੇ ਸਾਡਾ ਕਾਰੋਬਾਰ ਸੀਗਾ, ਇੱਥੇ ਆ ਕੇ ਉਹਨਾਂ ਦਾ ਚਲੋ ਇੱਥੋਂ ਭਜਾਲ ਜਾਓ, ਕਦੇ ਉਹਨਾਂ ਤੁਹਾਡੇ ਫੱਟੇ ਨੂੰ ਮੈਂ ਅੱਗ ਲਾ ਦੂੰਗਾ, ਇਸ ਕਰਕੇ ਸਾਡੀ ਮਜਬੂਰੀ ਬਣ ਗਈ। ਦੂਜੇ ਪਾਸੇ ਟ੍ਰੈਫਿਕ ਇੰਚਾਰਜ ਦਲਜੀਤ ਸਿੰਘ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਉਹਨਾਂ ਦਾ ਰਿਕਸ਼ਾ ਚਾਲਕਾਂ ਨਾਲ ਕੋਈ ਵੀ ਝਗੜਾ ਨਹੀਂ, ਬਲਕਿ ਚਰਨਜੀਤ ਸਿੰਘ ਨਾਮਕ ਕਾਂਗਰਸੀ ਲੀਡਰ ਉਸ ਤੇ ਦਬਾਅ ਬਣਾ ਰਿਹਾ ਹੈ। ਮੇਰਾ ਧਰਨਾ ਲੱਗਿਆ, ਮੇਰਾ ਉਹਨਾਂ ਨਾਲ ਈ ਰਿਕਸ਼ਾ ਨਾਲ ਕੋਈ ਰੌਲਾ ਨਹੀਂ ਗਾ, ਉਹ ਮੈਂ ਆਪਦੀ ਡਿਊਟੀ ਸਹੀ ਢੰਗ ਨਾਲ ਕਰ ਰਿਹਾ ਸੀਗਾ, ਉਹਨਾਂ ਨੂੰ ਕਿਹਾ ਵੀ ਇੱਥੋਂ ਦੀ ਟ੍ਰੈਫਿਕ ਲੰਘਣਾ ਅਤੇ ਆਸੇ ਪਾਸੇ ਕਰ ਲਓ। ਉਹ ਚਰਨਜੀਤ ਢਿੱਲੋਂ ਦੇ ਘਰ ਗਏ, ਚਰਨਜੀਤ ਮੇਰੇ ਤੋਂ ਥੋੜ੍ਹੇ ਦਿਨ ਪਹਿਲਾਂ ਗਲਤ ਚਲਾਣ ਕਰਾਉਂਦਾ ਜੀ, ਜੋ ਮੈਂ ਨਹੀਂ ਨਾ ਕਰਨ 'ਤੇ ਮੇਰੇ ਮਗਰ ਪਿਆ ਹੋਇਆ ਵੀ ਮੈਂ ਬਦਲੀ ਕਰਾਉਣੀ ਹੈ ਜੀ, ਉਹਨੇ ਇਹ ਸਾਰਾ ਆ ਕੇ ਇੱਥੇ ਈ ਰਿਕਸ਼ੇ ਇਕੱਠੇ ਕਰਕੇ ਅਤੇ ਧਰਨਾ ਲਵਾਇਆ, ਜਿਹਦਾ ਮੇਰਾ ਈ ਰਿਕਸ਼ਾ ਵਾਲਿਆਂ ਨਾਲ ਕੋਈ ਲੈਣ ਦੇਣ ਨਹੀਂ, ਨਾ ਮੇਰਾ ਕੋਈ ਸੰਬੰਧ ਉਹਨਾਂ ਨਾਲ, ਇਹ ਸਾਰਾ ਚਰਨਜੀਤ ਢਿੱਲੋਂ ਹੀ ਇਹ ਸਾਰਾ ਕੁਝ ਕਰਾ ਰਿਹਾ। ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਮੈਂ ਨਾ ਗਲਤ ਕੰਮ ਕੀਤਾ ਨਾ ਮੈਂ ਕਰਨਾ। ਗਿੱਦੜਬਾਹਾ ਤੋਂ ਸੋਨੀ ਢਿੱਲਾ, ਖਬਰ ਹਰਪਲ ਇੰਡੀਆ ਲਈ।